ਰੈਡੀ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਵੈਟ ਦੀ ਦਰ ਵਧਾ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਬਿਨਾਂ ਸ਼ੱਕ ਸੂਬੇ ਦੇ ਲੋਕਾਂ ਨੂੰ ਬੇहद ਜ਼ੋਰਦਾਰ ਝਟਕਾ ਦਿੱਤਾ ਹੈ ਡੰਡੀ ਇਸ ਨਾਲ ਪੰਜਾਬ ਵਿੱਚ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ਕਿਸੇ ਵੀ ਹੋਰ ਗਵਾਂਢੀ ਸੂਬਿਆਂ ਨਾਲੋਂ ਜ਼ਿਆਦਾ ਹੋ ਗਈਆਂ ਹਨ ਡੰਡੀ ਲੋਕਾਂ ਨੂੰ ਇਹ ਝਟਕਾ ਸੁਭਾ ਸਰਕਾਰ ਦੇ ਮੰਤਰੀ ਮੰਡਲ ਦੀ ਇੱਕ ਬੈਠਕ ਵਿੱਚ ਇਹਨਾਂ ਦੋਵਾਂ ਪਦਾਰਥਾਂ ਦੀਆਂ ਕੀਮਤਾਂ ਉੱਤੇ 90 ਪੈਸੇ ਪ੍ਰਤੀ ਲੀਟਰ ਵਧਾਉਣ ਦੇ ਫੈਸਲੇ ਨਾਲ ਲੱਗਾ ਹੈ ਡੰਡੀ ਇਸ ਫੈਸਲੇ ਨਾਲ ਬਿਨਾਂ ਸ਼ੱਕ ਪੰਜਾਬ ਦੇ ਆਮ ਲੋਕਾਂ ਉੱਤੇ ਮਹਿੰਗਾਈ ਦੀ ਮਾਰ ਪੈਣ ਦੀ ਸੁਭਾਵਨਾ ਬਣ ਗਈ ਹੈ ਕਿਉਂਕਿ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦਾ ਅਸਰ ਹਰ ਤਰ੍ਹਾਂ ਦੀਆਂ ਚੀਜ਼ਾਂ ਉੱਤੇ ਪੈਂਦਾ ਹੈ ਡੰਡੀ 190 ਪੈਸੇ ਵਾਦੇ ਦਾ ਅਸਰ ਚੋਂ ਪਾਸੇ ਪੈਂਦਾ ਦਿਖਾਈ ਦੇਵੇਗਾ ਡੰਡੀ ਪੰਜਾਬ ਵਿੱਚ ਅਗਲੇ ਮਹੀਨੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕੀਤਾ ਜਾਣ ਵਾਲਾ ਹੈ ਸ਼ਾਇਦ ਬਜਟ ਨੂੰ ਕਰ ਮੁਕਤ ਰੱਖਣ ਲਈ ਹੀ ਭਗਵਾਨ ਤਮਨ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਉੱਤੇ ਪਹਿਲਾਂ ਹੀ ਇਹ ਬੋਝ ਪਾ ਦਿੱਤਾ ਹੈ ਡੰਡੀ ਇਹ ਝਟਕਾ ਉਸ ਸਮੇਂ ਦਿੱਤਾ ਗਿਆ ਹੈ ਜਦੋਂ ਸੂਬਾ ਪਹਿਲਾ ਹੀ ਮਹਿੰਗਾਈ ਅਤੇ ਖਾਸ ਕਰਕੇ ਖਾਦ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਦੀ ਚਾਰੇ ਪਾਸਿਓਂ ਪਈ ਮਾਰ ਦੀ ਜਾਕੜ ਵਿੱਚ ਹੈ ਡੰਡੀ ਪੰਜਾਬ ਦੇ ਅੰਨ ਭੰਡਾਰ ਸੂਬਾ ਹੋਣ ਦੇ ਬਾਵਜੂਦ ਇੱਥੇ ਕਣਕ ਅਤੇ ਆਟੇ ਦੀ ਘਾਟ ਦੇ ਸੰਕਟ ਨੇ ਪਹਿਲਾ ਹੀ ਪੰਜਾਬੀ ਸੱਭਿਆਚਾਰ ਦੇ ਜਾਣਕਾਰ ਰੈਡੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਦੰਡੀ ਦੁੱਧ ਅਤੇ ਉਸ ਤੋਂ ਤਿਆਰ ਹੋਈਆਂ ਚੀਜ਼ਾਂ ਜਿਵੇਂ ਦੇਸੀ ਘਿਓ ਮੱਖਣ ਦਹੀਂ ਆਦੀਆਂ ਕੀਮਤਾਂ ਵਿੱਚ ਵੀ ਕ੍ਰਮਬਾਰ ਵਾਧਾ ਦਰਜ ਕੀਤਾ ਗਿਆ ਹੈ ਡੰਡੀ ਇਸ ਦਾ ਅਸਰ ਮਠਾਈਆਂ ਦੀਆਂ ਕੀਮਤਾਂ ਉੱਤੇ ਵੀ ਪੈਣ ਦੀ ਸੁਭਾਵਨਾ ਹੈ ਡੰਡੀ ਦੁੱਧ ਦੀਆਂ ਸਰਕਾਰੀ ਕੀਮਤਾਂ ਵਿੱਚ ਬੀਤੇ 11 ਮਹੀਨਿਆਂ ਵਿੱਚ 70 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ ਡੰਡੀ ਇਸ ਤੋਂ ਇਲਾਵਾ ਦਾਲਾਂ ਫਲਾਂ ਸਬਜ਼ੀਆਂ ਅਤੇ ਮਸਾਲਿਆਂ ਆਦੀਆਂ ਕੀਮਤਾਂ ਵੀ ਪਿਛਲੇ ਸਮੇਂ ਵਿੱਚ ਵਧਾਈਆਂ ਹਨ ਡੰਡੀ ਕੇਂਦਰ ਸਰਕਾਰ ਵੱਲੋਂ ਘਰੇਲੂ ਵਰਤੋਂ ਦੀਆਂ ਕੁਝ ਚੀਜ਼ਾਂ ਦੇ ਥੋਕਪਾ ਵਿੱਚ ਗਿਰਾਵਟ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਪ੍ਰਚੂਨ ਵਿੱਚ ਇਹਨਾ ਦੀਆਂ ਕੀਮਤਾਂ ਵਿੱਚ ਕੋਈ ਕਮੀ ਨਹੀਂ ਆਈ ਡੰਡੀ ਇਸੇ ਤਰ੍ਹਾਂ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਨਿਰੰਤਰ ਵਾਧੇ ਦਾ ਰੁਝਾਨ ਦੇਖਿਆ ਗਿਆ ਹੈ ਡੰਡੀ ਖੰਡ ਉਤਪਾਦਨ ਵਿੱਚ ਕਮੀ ਅਤੇ ਇਸ ਕਾਰਨ ਇਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨੇ ਇਸ ਦੇ ਸਵਾਦ ਨੂੰ ਉਸੇਲਾ ਕੀਤਾ ਹੈ ਡੰਡੀ ਉੱਧਰ ਕੋਲਾ ਅਤੇ ਵਪਾਰਕ ਗੈਂਸ ਦੇ ਪਾ ਬਦਨ ਅਤੇ ਬਿਜਲੀ ਨਿਗਮ ਦੇ ਘਾਟੇ ਵਿੱਚ ਨਿਰੰਤਰ ਵਾਦਾ ਹੁੰਦੇ ਜਾਣ ਨਾਲ ਬਿਜਲੀ ਦੀਆਂ ਦਰਾਂ ਦੇ ਵੀ ਵਧਨ ਦੀ ਸੁਭਾਵਨਾ ਹੈ ਡੰਡੀ ਬਿਨਾਂ ਸ਼ੱਕ ਇਸ ਸਥਿਤੀ ਦਾ ਅਸਰ ਸਮਾਜ ਦੇ ਹੋਰ ਵਰਗਾਂ ਉੱਤੇ ਵੀ ਪਵੇਗਾ ਜਿਸ ਨਾਲ ਆਮ ਆਦਮੀ ਦਾ ਘਰੇਲੂ ਬਜਟ ਵੱਡੀ ਹੱਦ ਤੱਕ ਵਿਗੜ ਜਾਏਗਾ ਦੰਦੀ ਆٹے ਦੀ ਘਾਟ ਅਤੇ ਇਸ ਦੀਆਂ ਵੱਧਦੀਆਂ ਕੀਮਤਾਂ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ